एसएसपी श्री रूपनगर श्री अखिल चौधरी दे हुक्मां दे अनुसार ट्रैफिक नियमां दी उलंघना करन वाले भारी वाहनां दे चलान करन दे आदेश दित्ते गए सन, जिस तों बाद श्री आनंदपुर साहिब पुलिस द्वारा डीएसपी रमिंदर सिंह कालों अते एसएचओ हरकिरत सिंह दी अगवाई दे विच 6 पुलिस पार्टियां बना के शहर विचों लंघण वाले ओवरलोड गड्डियां दे विशेष तौर ते चलान कीते गए तां जो ट्रैफिक नियमां दी उलंघना ना कीती जावे। इस दे नाल ही पुलिस द्वारा मनुखता नूं समझण अते ट्रैफिक नियमां नूं फॉलो करन दा संदेश भी दित्ता गया। थाना मुखी श्री आनंदपुर साहब ने दस्सिया कि इस तरह दी कारवाइयां लगातार भविख विच भी चलदियां रहणगियां तां कि शहर दे विच ट्रैफिक नियमां नूं सुचारू कीता जा सके अते ओवरलोड चलण वालियां गड्डियां ते नकेल कसी जा सके। पंजाब टीवी लई श्री आनंदपुर साहब तों राकेश राणा दे नाल अविनाश शर्मा दी रिपोर्ट। ਸਾਰਾ ਜੇ ਜਿਹੜੇ ਟਿੱਪਰ ਫੜੇ ਜਾ ਰਹੇ ਜੀ, ਇਹ ਚਲਾਨ ਕੱਟੇ ਜਾ ਰਹੇ ਜੀ, ਇਹ ਕਾਰਵਾਈ ਕਿੰਨੇ ਕੁ ਜਿਹੜੇ ਤੁਸੀਂ ਕੀਤੇ ਨੇ ਜੀ, ਚਲਾਨ ਵਗੈਰਾ ਕੀ ਕਾਰਵਾਈ ਕੀਤੀ ਸਾਰੀ, ਇੰਨੀ ਵੱਡੀ ਕਵਾਇਦ ਕਿਉਂ ਕੀਤੀ ਹੈ ਜੀ? ਜਿਹੜੇ ਟਿੱਪਰ ਨੇ ਇਹਨਾਂ ਕਰਕੇ ਕਈ ਐਕਸੀਡੈਂਟ ਵਗੈਰਾ ਹੁੰਦੇ ਹੈਗੇ ਨੇ, ਓਵਰਲੋਡ ਚੱਲਦੇ ਹੈਗੇ ਨੇ ਜਿਹਦੇ ਕਰਕੇ ਪਬਲਿਕ ਪ੍ਰੋਪਰਟੀ ਜਿੱਦਾਂ ਕਿ ਸੜਕਾਂ ਜਿਹੜੀਆਂ ਹੈਗੀਆਂ ਇਹਨਾਂ ਦਾ ਨੁਕਸਾਨ ਹੁੰਦਾ ਹੈਗਾ। ਉਸ ਚੀਜ਼ ਨੂੰ ਮੁੱਖ ਰੱਖਦੇ ਹੋਏ SSP ਸਾਹਿਬ ਵੱਲੋਂ ਦਿਸ਼ਾ ਨਿਰਦੇਸ਼ਾਂ ਆਏ ਨੇ। ਥਾਣਾ ਆਨੰਦਪੁਰ ਦੇ ਵਿੱਚ ਅਸੀਂ 6 ਪਾਰਟੀਆਂ ਬਣਾਈਆਂ ਨੇ, 6 ਪਾਰਟੀਆਂ ਬਣਾ ਕੇ ਜਿਹੜੇ ਓਵਰਲੋਡ ਚੱਲਦੇ ਨੇ ਟਿੱਪਰ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਹੈਗੇ ਤਾਂ ਜੋ ਪਬਲਿਕ ਪ੍ਰੋਪਰਟੀ ਨੂੰ ਵੀ ਹੋਵੇ ਸੇਫ ਹੋਵੇ ਅਤੇ ਜਿਹੜਾ ਇਨਸਾਨੀਅਤ ਆ ਉਹ ਵੀ ਬਚਾਈ ਜਾ ਸਕੇ। ਕਿੰਨੇ ਸਰ ਹੁਣ ਤੱਕ ਜਿਹੜੇ ਚਲਾਨ ਕੀਤੇ ਗਏ ਫੋਰ ਦਾ ਟਾਈਮ ਬੀਂਗ ਤਾਂ ਜੀ 7-8 ਚਲਾਨ ਕਰ ਚੁੱਕੇ ਹਾਂ ਜੀ, ਹੋਰ ਕਰ ਰਹੇ ਹਾਂ, ਜਿੰਨੇ ਵੱਧ ਤੋਂ ਵੱਧ ਹੋ ਸਕਣਗੇ ਕਰਾਂਗੇ ਜੀ। ਅਤੇ ਕਮਿੰਗ ਡੇਜ਼ ਦੇ ਵਿੱਚ ਵੀ ਇਸ ਤਰੀਕੇ ਦੇ? ਬਿਲਕੁਲ ਜੀ, ਇਸੇ ਤਰ੍ਹਾਂ ਕਾਰਵਾਈ ਚੱਲਦੀ ਰਹੇਗੀ ਜੀ। ਠੀਕ ਹੈ, ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ? ਮੈਸੇਜ ਇਹੀ ਦੇਣਾ ਚਾਹੁੰਦੇ ਹਾਂ ਜੀ, ਹਿਊਮੈਨਿਟੀ ਨੂੰ ਸਮਝਿਆ ਜਾਵੇ ਅਤੇ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਨੇ ਉਹਨਾਂ ਨੂੰ ਫੋਲੋ ਕੀਤਾ ਜਾਵੇ ਜੀ।